ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆਪਣੇ ਚੈਨਲ YouTube Farmer ਤੇ ਤੁਹਾਡਾ ਸਵਾਗਤ ਹੈ ਤੇ ਅੱਜ ਪੇਸ਼ ਆ ਮੌਸਮ ਸੰਬੰਧੀ ਕੁਝ ਨਵੀਂ ਜਾਣਕਾਰੀ ਲੈ ਕੇ ਤੇ ਸਭ ਤੋਂ ਪਹਿਲਾਂ ਆਪਣੇ ਜਿਹੜੇ ਵੀਰਾਂ ਨੇ ਆਪਣਾ ਚੈਨਲ YouTube Farmer ਸਬਸਕ੍ਰਾਈਬ ਨਹੀਂ ਕੀਤਾ ਉਹ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਤੱਕ ਤੁਹਾਨੂੰ ਮੌਸਮ ਸੰਬੰਧੀ ਅਤੇ ਹੋਰ ਖੇਤੀਬਾੜੀ ਤੇ ਮਸ਼ੀਨਰੀ ਸੰਬੰਧੀ ਵੀਡੀਓਜ਼ ਮਿਲਦੀਆਂ ਰਹਿਣ ਤੇ ਹੁਣ ਜਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਗੱਲ ਕਰਦੇ ਹਾਂ ਮੌਸਮ ਦੀ ਪਿਛਲੇ ਦਿਨੀ 14-15 ਫਰਵਰੀ ਨੂੰ ਪੰਜਾਬ ਦੇ ਬਹੁਤੇ ਭਾਗਾਂ ਵਿੱਚ ਦਰਮਿਆਨਿਆ بارش ਹੋਈ ਤੇ ਕਈ ਥਾਵਾਂ 'ਤੇ ਤਕੜੀ بارش ਵੀ ਹੋਈ। ਇਸ ਸਬੰਧੀ ਅਸੀਂ 5-6 ਦਿਨ ਪਹਿਲਾਂ ਵੀਡੀਓ ਪਾ ਕੇ ਕਿਸਾਨ ਵੀਰਾਂ ਨੂੰ ਸੂਚਿਤ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਅਸੀਂ ਤਕਰੀਬਨ ਹਰੇਕ ਉਮੀਦ ਪੈਣ ਤੋਂ ਪਹਿਲਾਂ 5-6 ਦਿਨ ਪਹਿਲਾਂ ਕਿਸਾਨ ਵੀਰਾਂ ਨੂੰ ਜਾਣਕਾਰੀ ਦੇ ਜਿੰਦੇ ਹਾਂ ਤਾਂ ਜੋ ਉਹ ਆਪਣਾ ਫਸਲਾਂ ਦਾ ਰੱਖ-ਰਖਾਅ ਕਰ ਸਕਣ। ਤੇ ਅੱਜ 16 ਫਰਵਰੀ ਅੱਜ ਵੀ ਅਸਮਾਨ ਵਿੱਚ ਬੱਦਲ ਛਾਏ ਹੋਏ ਹਨ ਅਜਾਸ ਹੈ ਕਿ ਦੁਪਹਿਰ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਧੁੱਪ ਨਿਕਲਦੀ ਆਸ ਹੈ ਅੱਜ ਗੱਲ ਕਰਾਂਗੇ ਸਾਰੀ ਫਰਵਰੀ ਦੀ ਕਿ ਜੋ ਫਰਵਰੀ ਦੇ ਤਕਰੀਬਨ ਆਪਣੇ 12-15 ਦਿਨ ਬਾਕੀ ਹਨ ਉਹ ਕਿਵੇਂ ਰਹਿਣਗੇ ਤੇ ਹੁਣ ਗੱਲ ਕਰੀਏ ਆਉਣ ਵਾਲੇ 1-2 ਦਿਨਾਂ ਵਿੱਚ 17 ਤੇ 18 ਫਰਵਰੀ 17 ਫਰਵਰੀ ਕੱਲ ਨੂੰ ਕਈ ਇਲਾਕਿਆਂ ਵਿੱਚ ਸਵੇਰ ਦੇ ਟਾਈਮ ਹਲਕੀ ਧੁੰਦ ਵੀ ਦੇਖੀ ਜਾ ਸਕਦੀ ਹੈ ਤੇ ਬੱਦਲਵਾਈ ਵੀ ਬਣੀ ਰਹਦੀ ਹੈ। ਕਈ ਇਲਾਕਿਆਂ ਵਿੱਚ ਧੁੱਪ ਵੀ ਰਹੇਗੀ ਪਰ ਧੁੱਪ ਇੰਨੀ ਕੋਈ ਖਾਸ ਨਹੀਂ ਹਲਕੀ ਹੀ ਰਹੇਗੀ। ਇਹ ਫਰਵਰੀ ਦਾ ਮਹੀਨਾ ਤਕਰੀਬਨ ਇਸੇ ਤਰ੍ਹਾਂ ਬੱਦਲਵਾਈ ਵਿੱਚ ਲੰਘੇਗਾ। ਹਲਕੀ ਧੁੱਪ ਨਾਲ ਹਲਕੀ ਬੱਦਲਵਾਈ ਰਹੇਗੀ। 18 ਤਰੀਕ ਨੂੰ ਪੰਜਾਬ ਵਿੱਚ ਬੱਦਲਵਾਈ ਇੱਕ ਵਾਰ ਫਿਰ ਤੋਂ ਬਣੇਗੀ। ਜਿਸ ਨਾਲ 18 ਤਰੀਕ ਨੂੰ ਪੰਜਾਬ ਦੇ ਕਈ ਭਾਗਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਸਬੰਧੀ ਤੁਹਾਨੂੰ ਅਸੀਂ ਸੈਟਲਾਈਟ ਤਸਵੀਰਾਂ ਵੀ ਦਿਖਾਉਂਦੇ ਆਂ ਅੱਜ ਤੁਸੀਂ ਦੇਖ ਸਕਦੇ ਹੋ ਵੀ ਅੱਜ ਇਹ 16 ਫਰਵਰੀ ਦੀ ਤਸਵੀਰ ਹੈ ਸੈਟਲਾਈਟ ਤਸਵੀਰ ਹੈ ਜਿਸ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਤਕਰੀਬਨ ਪੰਜਾਬ ਤੋਂ ਹੁਣ ਬੱਦਲਬਾਈ ਹਟਣੀ ਸ਼ੁਰੂ ਹੋ ਗਈ ਹੈ ਪੰਜਾਬ ਰਾਜਸਥਾਨ ਹਰਿਆਣਾ ਇਹਨਾਂ ਵਿੱਚ ਬੱਦਲਬਾਈ ਸਾਫ਼ ਹੋ ਰਹੀ ਹੈ ਪਰ ਜੀ ਦੇਖੋ ਤਾਂ ਇੱਧਰ ਆਪਣੇ ਪੱਛਮੀ ਦੇਸ਼ ਨੇ ਜਿਹੜੇ ਪਾਕਿਸਤਾਨ ਅਫਗਾਨਿਸਤਾਨ ਤੇ ਇਹਨਾਂ ਵਿੱਚ ਬਦਲਵਾਈ ਵਾਣੀ ਫਿਰ ਤੋਂ ਸ਼ੁਰੂ ਹੋ ਗਈ ਹੈ। ਇਹ ਹੀ ਪੱਛਮੀ ਸਿਸਟਮ ਹੈ ਜੋ ਕਿ ਅੱਗੇ ਵੱਧ ਕੇ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੈ। ਇਹ ਜੋ ਸਿਸਟਮ ਹੈ ਇਹ ਅਗਲੇ ਕਈ ਦਿਨਾਂ ਤੱਕ ਜਾਰੀ ਰਹੇਗਾ। ਇਹ ਜੋ ਬਦਲਵਾਈ ਹੈ ਅੱਜ 16 ਤਰੀਕ ਹੈ 17 ਤੋਂ ਬਾਅਦ ਇਹ 18 ਨੂੰ ਪੰਜਾਬ ਉੱਤੇ ਦਸਤਕ ਦੇਵੇਗੀ। ਜਿਸ ਨਾਲ ਪੰਜਾਬ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ 19 ਤਰੀਕ ਨੂੰ ਮੌਸਮ ਬੱਦਲਵਾਈ ਨਾਲ ਧੁੱਪ ਵਾਲਾ ਰਹੇਗਾ 20 ਤਰੀਕ ਨੂੰ ਕਈ ਥਾਵਾਂ ਤੇ ਧੁੱਪ ਨਿਕਲ ਸਕਦੀ ਹੈ ਤੇ ਕਈ ਇਲਾਕਿਆਂ ਵਿੱਚ ਬੱਦਲਵਾਈ ਬਣੀ ਰਹੇਗੀ ਅਤੇ ਇਸ ਤੋਂ ਬਾਅਦ ਇਹ ਦੇਖ ਸਕਦੇ ਹਾਂ ਤੁਸੀਂ 18 ਤਰੀਕ ਨੂੰ ਪੰਜਾਬ ਵਿੱਚ ਹਲਕੇ ਤੋਂ ਦਰਮਿਆਨੇ ਬੱਦਲ ਰਹਿਣਗੇ 19 ਤਰੀਕ ਤੋਂ ਫਿਰ ਤੋਂ ਪੰਜਾਬ ਇੱਕਦਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਤੇ ਦੇਖ ਸਕਦੇ ਹਾਂ ਕਿ 20 ਤਰੀਕ ਨੂੰ ਇਹ ਇੱਕ ਪੱਛਮੀ ਗੜਬੜੀ ਜੋ ਹਰੇ ਰੰਗ ਵਿੱਚ ਦਿਖਾਈ ਦੇ ਰਹੀ ਹੈ ਇਹ ਪੰਜਾਬ ਨੂੰ ਪ੍ਰਭਾਵਿਤ ਕਰੇਗੀ ਤੇ 21 ਤਰੀਕ ਦਾ ਮੌਸਮ ਹੈ ਇਸ ਵਿੱਚ ਦੇਖ ਸਕਦੇ ਹੋ ਕਿ ਪੰਜਾਬ ਉੱਤੇ ਪੂਰੀ ਤਰ੍ਹਾਂ ਬੱਦਲ ਛਾਏ ਹੋਏ ਹਨ ਤੇ 21 ਤਰੀਕ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਦਰਮਿਆਨੀ ਤੋਂ ਹਲਕੀ ਭਾਰੀ ਵਰਖਾ ਹੋ ਸਕਦੀ ਹੈ ਤੇਜ ਤੋਂ ਬਾਅਦ ਇਹ ਬੱਦਲ ਲੰਘਣੇ ਸ਼ੁਰੂ ਹੋ ਜਾਣਗੇ ਤੇ ਮੌਸਮ ਵਿੱਚ ਹਲਕਾ ਸੁਧਾਰ ਆਵੇਗਾ। ਸੋ ਇਹ ਸੀ ਮੌਸਮ ਸੰਬੰਧੀ ਕੁਝ ਜਾਣਕਾਰੀ ਕਿ ਪੂਰੀ ਫਰਵਰੀ ਦੌਰਾਨ ਮੌਸਮ ਕਿਵੇਂ ਦਾ ਰਹੇਗਾ। ਤਕਰੀਬੇ ਗੱਲ ਕਰੀਏ ਸੰਖੇਪ ਵਿੱਚ ਗੱਲ ਕਰੀਏ ਤਾਂ ਫਰਵਰੀ ਦੇ ਮਹੀਨੇ ਵਿੱਚ ਇਹ ਬੱਦਲਬਾਹੀ ਹੀ ਰਹੇਗੀ ਤੇ ਮਾਰਚ ਦੇ ਵਿੱਚ ਮੌਸਮ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ। ਸੋ ਏਸੀ ਮੌਸਮ ਦੀ ਸਬੰਧਿਤ ਫਰਵਰੀ ਮਹੀਨੇ ਦੀ ਜਾਣਕਾਰੀ ਜਿਸ ਵਿੱਚ 18 ਤਰੀਕ ਅਤੇ ਉਸ ਤੋਂ ਬਾਅਦ 21 ਤਰੀਕ ਨੂੰ ਪੰਜਾਬ ਦੇ ਬਹੁਤੇ ਭਾਗਾਂ ਵਿੱਚ بارش ਦੀ ਸੰਭਾਵਨਾ ਬਣੀ ਹੋਈ ਹੈ ਉਮੀਦ ਹੈ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਆਪਣੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਓ ਤੇ ਆਪਣਾ ਚੈਨਲ YouTube ਫਾਰਮਰ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਤੁਹਾਨੂੰ ਅੱਗੇ ਤੱਕ ਆਪਣੀਆਂ ਵੀਡੀਓਜ਼ ਮਿਲਦੀਆਂ ਰਹਿਣ ਧੰਨਵਾਦ ਜੀ ਇਹ ਤੇ ਆਪਣੇ ਜੋ ਆਪਾਂ ਜਾਣਕਾਰੀ ਦਿੰਨੇ ਹਾਂ ਜਿਸ ਵਿੱਚ ਤੁਹਾਨੂੰ ਕੋਈ ਕੋਈ ਕਮੀਆਂ ਲੱਗਦੀਆਂ ਹਨ ਤਾਂ ਆਪਾਂ ਨੂੰ ਕਮੈਂਟ ਕਰਕੇ ਦੱਸੋ ਉਸ ਨੂੰ ਅੱਗੇ ਤੋਂ ਸੁਧਾਰ ਕਰਾਂਗੇ ਤੇ ਇਹ ਵੀ ਦੱਸਿਓ ਕਿ ਆਪਣੀ ਦਿੱਤੀ ਜਾਣਕਾਰੀ ਵਿੱਚ ਕਿੰਨੀ ਕੁ ਸਹੀ ਹੁੰਦੀ ਹੈ ਤੇ ਉਸ ਨਾਲ ਕਿਸਾਨ ਵੀਰਾਂ ਨੂੰ ਕਿੰਨੀ ਕੁ ਸਹਾਇਤਾ ਮਿਲਦੀ ਹੈ ਧੰਨਵਾਦ ਜੀ